साबका मुख्यमंत्री प्रकाश सिंह बादल की अंतिम यात्रा दे विच शामिल होकर लोगों दी जेबां कट्टण वाले चोर चढ़े पुलिस ते अड़के। मीडिया नाल गलबात करदे इंस्पैक्टर गुरमीत सिंह ने दस्या कि जदों सरदार प्रकाश सिंह बादल की मृतक देह नूं चंडीगढ़ तो पिंड बादल लियाया जा रहा सी तां रास्ते दे विच जदों उन्हां दी मृतक देह बठिंडा पहुंची तां श्रद्धांजलि देण आए लोगों की भीड़ दे विच काफ़ी लोगों दी जेबां तों पैसे निकल गए सी ते जिन्हां ने लोगों दी जेबां कट्टियां सी ओह हुण पुलिस ने गिरफ़्तार कर लए ने। ਇਹ ਮਿਤੀ 26 ਤਰੀਕ ਨੂੰ ਪੁਲਿਸ ਨੂੰ ਸਾਨੂੰ ਗੁਪਤ ਸੂਚਨਾ ਮਿਲੀ ਸੀਗੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜੋ ਮ੍ਰਿਤਕ ਦੇ ਚੰਡੀਗੜ੍ਹ ਤੋਂ ਆ ਰਹੀ ਸੀਗੀ ਉਸ 'ਚ ਜਿਹੜਾ ਲੋਕਾਂ ਦਾ ਇਕੱਠ ਹੋਇਆ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਕੋਈ ਜੇਬਾਂ ਕੱਟ ਰਹੇ ਹੈਗੇ ਅਤੇ ਜੇਬਾਂ 'ਚੋਂ ਪਰਸ ਚੋਰੀ ਕਰ ਰਿਹਾ ਹੈ ਜਿਸ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਅਸੀਂ ਮੁਕੱਦਮਾ ਦਰਜ ਕਰਕੇ ਚੈੱਕ ਕੀਤਾ ਤਾਂ ਸਾਨੂੰ ਇੱਕ ਕਾਰ HR 14P9614 ਵਿੱਚ ਚਾਰ ਨੌਜਵਾਨ ਪੈਸੇ ਵੰਡਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਮੇਜਰ ਸਿੰਘ ਪੁੱਤਰ ਗੁਰਤੇਜ ਸਿੰਘ ਨੰਬਰਦਾਰ ਵਾਸੀ ਵਜੋਆਣਾ ਦਾ ਪਰਸ ਵੀ ਮਿਲਿਆ ਅਤੇ ਜਿਸ ਪਰਸ ਸੰਬੰਧੀ ਇਹਨਾਂ ਨੇ ਕੋਈ ਸਬੂਤ ਨਹੀਂ ਜਿਸ ਦੇ ਆਧਾਰ 'ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਚੋਰੀ ਕੀਤੇ 32,000 ਰੁਪਇਆ ਬਰਾਮਦ ਕੀਤਾ ਗਾ ਅਤੇ ਪੁੱਛਗਿੱਛ ਦੌਰਾਨ ਇਹਨਾਂ ਤੋਂ ਸਾਹਮਣੇ ਆਇਆ ਗਾ ਵੀ ਇਹ ਰਾਜਪੁਰੇ ਤੋਂ ਨਾਲ ਉਸ ਇਕੱਠ ਦੇ ਨਾਲ ਸ਼ਰਧਾਂਜਲੀ ਨਾਲ ਰਲੇ ਸੀਗੇ ਅਤੇ ਜਿੱਥੇ ਇਹਨਾਂ ਦਾ ਕਿਤੇ ਕੋਈ ਇਕੱਠ 'ਚ ਦਾ ਚੱਲਦਾ ਸੀ ਮੌਕਾ ਚੱਲਦਾ ਸੀਗਾ ਉਦੋਂ ਲੋਕਾਂ ਦੀ ਜੇਬਾਂ 'ਚੋਂ ਪੈਸੇ ਚੋਰੀ ਕਰ ਲਏ। ਕਿੰਨੇ ਬੰਦੇ ਸੀ? ਇਹ 4 ਬੰਦੇ ਹੈਗੇ ਜੀ। ਕੱਲ੍ਹ ਤੇ ਆਏ ਸੀ? ਇਹ ਆਪਦੀ ਕਾਰ ਹੈਗੀ ਇਹਨਾਂ ਦੀ ਜੀ, ਨਵੀਨ ਸੈਣੀ ਹੈਗਾ ਇੱਕ ਇਹਨਾਂ 'ਚ ਜੇਬ ਕਤਰਾ ਚੋਰ, ਉਹਨਾਂ ਦੀ ਉਹਦੀ ਕਾਰ ਸੀਗੀ ਉਸ 'ਤੇ ਆਏ ਸੀਗੇ। ਇਹ ਹਿਸਾਰ ਦੇ ਰਹਿਣ ਵਾਲੇ ਹੈਗੇ, 3 ਬੰਦੇ ਹਿਸਾਰ ਦੇ ਰਹਿਣ ਵਾਲੇ ਹੈ, 1 ਬੰਦਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਹੈਗਾ। I-20 ਕਾਰ ਸੀਗੀ ਜੀ। ਇਹਨਾਂ ਨੂੰ ਇੱਥੋਂ ਬੀਬੀ ਵਾਲਾ ਚੌਂਕ ਕੋਲੋਂ ਪੋਲੀਟੈਕਨਿਕ ਕਾਲਜ ਕੋਲੋਂ ਗ੍ਰਿਫਤਾਰ ਕੀਤਾ ਜੀ ਬਠਿੰਡਾ ਤੋਂ। ਨਹੀਂ, ਇਹਨਾਂ ਦੇ ਪਹਿਲਾਂ ਇੱਧਰ ਕੋਈ ਮਾਮਲਾ ਦਰਜ ਨਹੀਂ ਹੈ, ਬਾਕੀ ਹਜੇ ਇਹਦੀ ਤਫਤੀਸ਼ ਚੱਲ ਰਹੀ ਹੈਗੀ। ਪੁਲਿਸ ਰਿਮਾਂਡ ਅਦਾਲਤ 'ਚ ਪੇਸ਼ ਕੀਤੇ, ਸਾਡੇ ਕੋਲ ਪੁਲਿਸ ਰਿਮਾਂਡ 'ਤੇ ਆਇਆ, ਅਸੀਂ ਇਹਨਾਂ ਤੋਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ। 2 ਦਿਨ ਦਾ ਪੁਲਿਸ ਰਿਮਾਂਡ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 76961 67,000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ, ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ, ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ 76961 67,000